ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰਨੀ ਚਾਹੁੰਨਾ ਕਿ ਜਿਹੜੇ ਪੰਜਾਬ ਦੇ ਗਰੀਬ ਲੋਕ ਮੇਰੀ ਵੀਡੀਓ ਨੂੰ ਸਿਰਪੋਹੀ ਵੇਖਣ ਚਾਹੇ ਉਹ ਗਰੀਬ ਜੱਟ ਹੋਵੇ ਚਾਹੇ ਉਹ ਗਰੀਬ ਮਜਬੀ ਸਿੱਖ ਹੋਵੇ ਚਾਹੇ ਉਹ ਰਵਿਦਾਸੀ ਹੋਵੇ ਚਾਹੇ ਉਹ ਵਾਲਮੀਕੀ ਹੋਵੇ ਚਾਹੇ ਉਹ ਰਾਏ ਸਿੱਖ ਹੋਵੇ ਮੈਂ ਫਿਰ ਤੋਂ ਬੇਨਤੀ ਕਰਨੀ ਚਾਹੁੰਨਾ ਚਾਹੇ Hindu Muslim Sikh ईसाई ਕੋਈ ਹੋਵੇ ਬਸ ਗਰੀਬ ਵੀਡੀਓ ਨੂੰ ਵੇਖੇ ਹੋਰ ਕੋਈ ਵੀਡੀਓ ਨੂੰ ਨਾ ਵੇਖੇ ਕਿਉਂਕਿ ਉਹਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਣਗੀਆਂ ਮੈਂ ਗੱਲ ਕਰਨੀ ਚਾਹੁੰਨਾ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਆ ਭਗਵੰਤ ਮਾਨ ਜੀ ਉਹ ਪਰਸੋਂ ਫਿਰਦੇ ਰਹੇ ਆ ਇੱਥੋਂ ਕਿ ਨਿਹਾਲ ਖੇੜੇ ਤੋਂ ਲੈ ਕੇ ਮੁਕਸਰ ਔਰ ਮਲੋਟ ਉਹਨਾਂ ਨੇ ਦੱਸਿਆ ਕਿ ਮੈਂ ਸਾਰੇ ਪੰਜਾਬ ਦੇ ਵਿੱਚ ਘੁੰਮ ਰਿਹਾ ਤੇ ਕਿਸਾਨਾਂ ਦੀਆਂ ਫਸਲਾਂ ਵੇਖ ਰਿਹਾ ਫਸਲਾਂ ਤਬਾਹ ਹੋ ਚੁੱਕੀਆਂ ਔਰ ਜਿਹੜਾ ਪੈਸਾ ਉਹ ਤੁਹਾਨੂੰ ਪਸਤਾ ਜਿਹੜਾ ਕਹਿ ਲੋ ਇੱਕ ਹਫਤੇ ਦੇ ਵਿੱਚ ਵਿੱਚ ਮਿਲ ਜਾਊਗਾ ਹੋ ਸਕਦਾ 10 ਦਿਨ ਦੋ ਬਿਆਨ ਸੀ ਉਹਨਾਂ ਦੇ ਮੈਂ ਕਹਿਣਾ ਚਾਹੇ 10 ਦਿਨ ਪਹਿਜੇ ਚਾਹੇ ਹਫਤਾ ਪਹਿਜੇ ਉਹਨਾਂ ਨੂੰ ਜਿਹੜਾ ਤੁਸੀਂ 15000 ਰੁਪਇਆ ਕਹਿ ਕੇ ਗਏ ਆ ਉਹ ਉਹਨਾਂ ਨੂੰ ਮਿਲ ਜਾਵੇ ਤਾਂ ਬਹੁਤ ਵਧੀਆ ਗੱਲ ਆ ਫਿਰ ਤੁਸੀਂ ਇਹ ਵੀ ਗੱਲ ਕਹੀ ਆ ਜਿਹੜੀ ਚੀਜ਼ ਨੂੰ ਮੈਂ ਤੁਹਾਡੀ ਦੀ ਬੜੀ ਸ਼ਲੰਗਾ ਕਰਦਾ ਕਿ ਜਿਹੜਾ ਉਹਨੂੰ ਜ਼ਮੀਨ ਨੂੰ ਵਾਹ ਰਿਹਾ ਜਾਂ ਜਿਹੜਾ ਠੇਕੇਦਾਰ ਆ ਉਹ ਹਿੱਸੇ ਨੂੰ ਮਿਲੂਗਾ ਜੀ ਨੇ ਜਦਨ ਜੀ ਨੇ ਜ਼ਮੀਨ ਠੇਕੇ ਤੇ ਦਿੱਤੀ ਆ ਉਹਨੇ ਆਪ ਦਾ ਠੇਕਾ ਪਹਿਲਾਂ ਲੈ ਲਿਆ ਉਹਨੂੰ ਉਹ ਪੈਸੇ ਨਹੀਂ ਮਿਲਨੇ ਇੱਥੇ ਮੈਂ ਭਗਵਾਨ ਤਮਨ ਦੀ ਬਹੁਤ ਜ਼ਿਆਦਾ ਛਲਾਂਗਾ ਕਰਦਾ ਹੁਣ ਇੱਥੇ ਮੈਂ ਗੱਲਾਂ ਵੀ ਕਰਨਾ ਚਾਹੁੰਨਾ ਕਿ ਤੁਸੀਂ ਜਾ ਕੇ ਪਸ਼ੋਕਰ ਪਸ਼ੋ ਮੈਂ ਕਹਿੰਨਾ ਜਾ ਕੇ ਜਿਹੜਾ ਕਹਿੰਨੇ ਨਾ ਜਾ ਕੇ ਤੁਸੀਂ ਆਪ ਦਾ ਪਸ਼ੋਕਰ ਵੇਖ ਲਓ ਚਾਹੇ ਕਿਸੇ ਸਰਕਾਰ ਦਾ ਪਸ਼ੋਕਰ ਜਾ ਕੇ ਫਰੋਲੋ ਤੇ ਉਹਦੇ ਵਿੱਚੋਂ ਨਿਕਲਣਾ ਕੀ ਆ ਜਦੋਂ ਕਿਸਾਨਾਂ ਦਾ ਨੁਕਸਾਨ ਹੁੰਦਾ ਰਿਹਾ ਉਹਨਾਂ ਨੂੰ ਮਿਲਦਾ ਰਿਹਾ ਚਾਹੇ ਥੋੜਾ ਮਿਲੇ ਚਾਹੇ ਬਹੁਤਾ ਮਿਲੇ ਨੁਕਸਾਨ ਹੋਤਾ ਜਾਂਦਾ ਲੱਖ ਦਾ ਡੂੜ ਲੱਖ ਦਾ ਮਿਲਣਾ ਉਹਨਾਂ ਨੂੰ ਕੋਈ 10000 ਹੀ ਹੁੰਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੁਣ ਵੀ ਕਿਸਾਨਾਂ ਦਾ ਬਹੁਤ ਨੁਕਸਾਨ ਹੋ ਚੁੱਕਿਆ ਤੇ ਜਿਹੜੀ ਤੁਸੀਂ ਗੱਲ ਕੀਤੀ ਆ ਪਰ ਮੈਂ ਉਹਨੂੰ ਇੱਥੇ ਗੱਲ ਗਰੀਬਾਂ ਦੀ ਕਰਨ ਲੱਗਿਆ ਚਾਹੇ ਕੋਈ ਮਹਾਜਨ ਹੋਵੇ ਰੇੜੀ ਵਾਲਾ ਜਿਹੜਾ ਗਰੀਬ ਆ ਜਿਹੜਾ ਕਿਰਾਏ ਤੇ ਚੱਲ ਰਿਹਾ ਜਾਂ ਜਿਹੜੇ ਘੜੁਕਿਆਂ ਤੇ ਸਬਜ਼ੀਆਂ ਵੇਚਦੇ ਆ ਕਈ ਇਹੋ ਜਿਹੇ ਲੋਕ ਆ ਜਿਨ੍ਹਾਂ ਦੇ ਮਕਾਨ ਕਿਰਾਏ ਤੇ ਆ ਕਈ ਇਹੋ ਜਿਹੇ ਮਹਾਜਨ ਕਾਟਾ ਗਰੀਬ ਦੇ ਵਿੱਚੋਂ ਜਿਹੜੇ ਗਰੀਬ ਲੋਕ ਆਉਂਦੇ ਆ ਜਿਨ੍ਹਾਂ ਨੇ ਸ਼ਹਿਰ ਬਜ਼ਾਰਾਂ 'ਚ ਥਾਂ ਕਿਰਾਏ ਤੇ ਲਏ ਹੋਇਆ ਸ਼ਹਿਰ ਬਜ਼ਾਰਾਂ 'ਚ ਰੇੜੀਆਂ ਲਾਉਂਦੇ ਆ ਫਿਰ ਮੈਂ ਗੱਲ ਕਰਨ ਲੱਗਿਆ ਗਰੀਬ ਐਸਸੀ ਲੋਕਾਂ ਦੀ ਗਰੀਬ ਜੱਟ ਲੋਕਾਂ ਦੀ ਜਿਹੜੇ ਜੱਟਾਂ ਕੋਲ ਜ਼ਮੀਨ ਹੈ ਨਹੀਂ ਕੀ ਔਰ ਹੋਰ ਵੀ ਕਈ ਜਿਹੜੇ ਚਾਹੋ ਐਸਸੀ ਬੀਸੀ ਜਰਨਲ Hindu Muslim Sikh Sai ਕਿਸੇ ਧਰਮ ਦੇ ਹੋਣ ਮੈਂ ਭਗਵਾਨ ਤਮਨਜੀ ਨੂੰ ਇਹ ਕਹਿਣਾ ਚਾਹੁੰਦਾ ਕਿ ਜਦੋਂ ਵੀ ਰੱਬ ਨਾ ਕਰੇ ਮੈਂ ਕਿਹਾ ਤਾਂ ਕੰਨਾ ਵੀ ਕਦੇ ਆਜਾ ਨੁਕਸਾਨ ਨਾ ਹੋਵੇ ਪਰ ਜਦੋਂ ਵੀ ਫਸਲਾਂ ਦਾ ਨੁਕਸਾਨ ਹੋਇਆ ਕੱਲੇ ਕਿਸਾਨਾਂ ਨੂੰ ਮੁਆਵਜ਼ਾ ਮਿਲ ਜਾਂਦਾ ਕੱਲੇ ਕਿਸਾਨਾਂ ਨੂੰ ਉਹਨਾਂ ਦਾ ਨੁਕਸਾਨ ਤਾਂ ਨਹੀਂ ਮਿਲਦਾ ਜਿਹੜਾ ਕਹ ਲੋ ਨੁਕਸਾਨ ਦਾ ਇੱਕ ਚੀਚੀ ਦਾ ਨਾ ਹੁੰਦਾ ਉਹ ਲਾ ਕੇ ਦੇ ਦਿੱਤਾ ਜਾਂਦਾ ਪਰ ਕਦੇ ਜਿਹੜਾ ਮਜ਼ਦੂਰ ਆ ਉਹਨੇ ਕਦੇ ਵੀ ਕਿਸੇ ਨੇ ਸਿਰ ਤੇ ਹੱਥ ਨਹੀਂ ਰੱਖਿਆ ਇਹ ਗੱਲ ਯਾਦ ਰੱਖ ਲੋ ਮੈਂ ਉਹਨ ਮਜ਼ਦੂਰ ਦੀ ਗੱਲ ਕਰ ਰਿਹਾ ਚਾਹੇ ਕਿਸੇ ਵੀ ਜਾਤੀ ਦਾ ਹੋਵੇ ਮੈਂ ਜੇ ਹੁਣ ਗੱਲ ਕਰਾਂ ਕਿ ਤੁਸੀਂ ਉਹਨਾਂ ਨੂੰ 10-10 ਆ 15-15 ਹਜ਼ਾਰ ਰੁਪਈਆ ਕਹਿ ਗਏ ਆ ਕਿ ਹਾਂ ਤੁਹਾਨੂੰ ਹਫ਼ਤੇ ਦੇ ਵਿੱਚ ਵਿੱਚ ਮਿਲ ਜਾਊਗਾ ਫਸਲਾਂ ਬਰਬਾਦ ਹੋ ਚੁੱਕੀਆਂ ਪਰ ਜਿਹੜੇ ਮਜ਼ਦੂਰ ਲੋਕ ਜ਼ਮੀਨ ਦੇ ਨਾਲ ਜੁੜੇ ਹੋਏ ਆ ਜਾ ਕੇ ਖੇਤਾਂ 'ਚ ਕੰਮ ਕਰਦੇ ਆ ਉਹਨਾਂ ਨੇ ਵੀ ਇੰਨਾਂ ਫਸਲਾਂ ਦੇ ਵਿੱਚੋਂ ਖਾਣਾ ਹੁੰਦਾ ਪਰ ਉਹਨਾਂ ਨੂੰ ਕਦੇ ਵੀ ਕਿਸੇ ਨੇ ਕੁਝ ਨਹੀਂ ਦਿੱਤਾ ਮੈਂ ਅੱਜ ਇਹ ਕਹਿਣਾ ਚਾਹੁੰਨਾ ਕਿ ਤੁਸੀਂ ਕਿਸਾਨਾਂ ਨੂੰ ਉਹਨਾਂ ਦਾ ਨੁਕਸਾਨ ਦੇ ਦਿੱਤਾ ਔਰ ਜਿਹੜੇ ਮਜ਼ਦੂਰ ਲੋਕ ਆ ਚਾਹੇ ਕਿਸੇ ਵੀ ਜਾਤੀ ਦੇ ਹੋਣ ਤੇ ਭਗਵੰਤ ਮਾਨ ਜੀ ਉਹਨਾਂ ਬਾਰੇ ਤੁਹਾਡਾ ਕਦੇ ਵੀ ਬਿਆਨ ਨਹੀਂ ਆਇਆ ਜੇ ਗੱਲ ਕਰਾ ਤੁਸੀਂ ਗੱਲ ਕਰਦੇ ਆ ਫਸਲਾਂ ਦੀ ਤੁਹਾਨੂੰ ਝੋਨਾ ਦੱਸਾਂਗੇ ਕਿਵੇਂ ਲਾਉਣਾ ਕਿਵੇਂ ਨਹੀਂ ਲਾਉਣਾ ਸਪਰੇਅ ਸਾਡੇ ਹੁਕਮਾਂ ਤੇ ਲਾਉਣੀ ਆ ਤੁਸੀਂ ਇਹ ਨਾ ਗੱਲ ਹੋਵੇ ਅੱਗੇ ਭੋਲੂ ਕਹਿੰਦਾ ਲਾਲ ਢੱਕਣ ਵਾਲੀ ਸੀਗੀ ਉਹ ਸਾਰੇ ਪਿੰਡ ਨੇ ਲਾਲ ਢੱਕਣ ਵਾਲੀ ਕਰਤੀ ਪਰ ਲਾਲ ਢੱਕਣ ਵਾਲੀ ਤੂੰ ਮੇਰੇ ਵੀਰ ਤੂੰ ਕਿਸਾਨਾਂ ਨੂੰ ਤਾਂ ਦੱਸ ਗਿਆ ਪਰ ਇੱਥੇ ਗੱਲ ਫਿਰ ਮਜ਼ਦੂਰ ਦੀ ਹੁੰਦੀ ਆ ਕਦੇ ਝੋਨੇ ਦੇ ਰੇਟ ਵਧਾਉਣ ਦੀ ਗੱਲ ਤਾਂ ਹੋ ਜੂਗੀ ਕਦੇ ਝੋਨਾ ਲਾਉਣ ਵਾਲਿਆਂ ਦਾ ਰੇਟ ਨਹੀਂ ਵੱਧ ਇਹ ਪਤਾ ਨਹੀਂ ਕਿਹੜੀ ਗੱਲੋਂ ਇਹਦਾ ਮਤਲਬ ਇਹ ਨਹੀਂ ਕਿ ਜੇਕਰ ਤੂੰ ਪਰਾ ਕਿਸਾਨਾਂ ਦਾ ਪੁੱਤ ਤਾਂ ਸਾਰੀ ਗੱਲ ਕਿਸਾਨਾਂ ਵਾਸਤੇ ਕਰ ਦੇਣੀ ਆ ਜਿਹੜੇ ਐਸੇ ਕਾਸਟ ਦੇ ਗਰੀਬ ਲੋਕ ਆ ਉਹਨਾਂ ਦੇ ਐਮਐਲਏ ਜਾਂਦੇ ਆ ਵਿਧਾਨ ਸਭਾ ਦੇ ਵਿੱਚ ਇਹ ਤਾਂ ਡਮਰੂ ਇਕੱਠੇ ਕਰਤੇ ਆ ਕਿ ਜਿਵੇਂ ਵਜਾਉਂਗੇ ਓਵੇਂ ਵੱਜ ਜਾਣਗੇ ਜਿਵੇਂ ਕਹਦਾਂਗੇ ਤੋਤੇ ਆਹੇ ਮਿੱਠੂ ਤੋਤੇ ਚੋਰੀ ਖਾਣੀ ਉਹ ਕਹਿੰਦਾ ਖਾਣੀ ਆ ਉਹ ਮਿੱਠੂ ਤੋਤੇ ਚੋਰੀ ਖਾਣ ਵਾਲੀ ਗੱਲ ਹੋਈ ਪਈ ਆ ਕਦੇ ਇਹਨਾਂ ਨੇ ਮਜ਼ਦੂਰਾਂ ਦੇ ਹੱਕ ਦੀ ਗੱਲ ਨਹੀਂ ਕੀਤੀ ਜੇ ਗੱਲ ਕਰ ਕੋਈ ਵਿਚਾਰੇ ਜਿਹੜੇ ਇੱਥੇ ਮਹਾਜਨ ਲੋਕ ਆ ਉਹਨਾਂ ਚੋਂ ਐਮਐਲਏ ਉੱਥੇ ਜਾਂਦੇ ਆ ਉਹ ਵੀ ਮਿੱਠੂ ਤੋਤੇ ਚੋਰੀ ਖਾਣ ਵਾਲੀ ਗੱਲ ਆ ਕਦੇ ਉਹਨਾਂ ਦੇ ਪੱਖੀ ਕਦੇ ਕਿਸੇ ਨੇ ਗੱਲ ਨਹੀਂ ਕੀਤੀ ਮੈਂ ਇੱਥੇ ਕਿਸੇ ਵੀ ਕਿਸਾਨ ਦੇ ਵਿਰੋਧ ਨਹੀਂ ਬੋਲ ਰਿਹਾ ਕਿਸੇ ਵੀ ਜਾਤ ਦੇ ਵਿਰੋਧ ਨਹੀਂ ਬੋਲ ਰਿਹਾ ਮੈਂ ਸਿਰ ਬਹਾਕਾਂ ਦੀ ਗੱਲ ਕਰ ਰਿਹਾ ਕਿ ਹੱਕ ਕਿਸੇ ਕਿਸੇ ਨੂੰ ਮਿਲਦੇ ਆ ਮੈਂ ਉਹਨੇ ਕਹਿ ਰਿਹਾ ਕਿ ਜਿਵੇਂ ਤੁਸੀਂ ਹੈਲੀਕਾਪਟਰ ਤੇ ਆਏ ਉਹ ਫੋਟੋਆਂ ਵਿਖਾ ਰਹੇ ਉਤਰਦੇ ਆ ਦਿnga ਕਦੇ ਤੁਸੀਂ ਦੂਜੇ ਤੇ ਤੌਮਤਲ ਆਉਂਦੇ ਹੁੰਦੇ ਸੀ ਕਿ ਆ ਦੋ ਘੰਟਿਆਂ ਦੇ ਰਾਤ ਤੇ ਹੈਲੀਕਾਪਟਰ ਕਿਉਂ ਵਰਤਦੇ ਆ ਅੱਜ ਭਲਿਆ ਮਾਨਸਾ ਤੂੰ ਵੀ ਵਰਤਣ ਲੱਗਾ ਚਲ ਕੋਈ ਗੱਲ ਨਹੀਂ ਇਹ ਗੱਲ ਨੂੰ ਮੈਂ ਕੋਈ ਗਲਤ ਨਹੀਂ ਕਹਿੰਦਾ ਕਿਉਂਕਿ ਪੰਜਾਬ ਨੂੰ ਮਨਾਵੇ ਤਾਂ ਹੈਲੀਕਾਪਟਰ ਤੁਹਾਨੂੰ ਯੂਜ਼ ਕਰਨਾ ਪਊਗਾ ਫਸਲਾ ਤੁਸੀਂ ਫੇਸਬੁੱਕ ਤੇ ਵੇਖ ਲੀਆਂ YouTube ਤੇ ਵੇਖ ਲੀਆਂ ਜੇ ਇਹ ਜੀਆਂ ਅੱਖਾਂ ਤੁਹਾਡੀਆਂ ਫੇਸਬੁੱਕ ਨੇ ਵੇਖੀਆਂ ਸੀ ਜਿਹੜੀਆਂ ਅੱਖਾਂ ਨੇ ਵੀਡੀਓ ਵੇਖੀ ਸੀ ਉਹੀ ਸਾਹਮਣੇ ਜਾ ਕੇ ਜੇਕਰ ਤੁਸੀਂ ਉਹ ਫਸਲਾ ਵੇਖਣ ਨਾ ਆਉਂਦੇ ਉਹ ਜਹਾਜ਼ ਦਾ ਖਰਚਾ ਵੱਜਦਾ ਸੀ ਤੁਹਾਡੀਆਂ ਗੱਡੀਆਂ ਦਾ ਖਰਚਾ ਵੱਜਦਾ ਸੀ ਤੁਹਾਡੇ ਨਾਲ 110 ਗੱਡੀਆਂ ਹੁੰਦੀਆਂ ਸੀ ਜਿਹੜਾ ਕਹਿ ਲੋ ਕਿ ਲਗਭਗ 4000 ਰੁਪਏ ਦੇ ਗੱਡੀ ਤੇਲ ਖਾਂਦੀ ਹੋਵੇ ਤਾਂ 440000 ਉਹ ਇਕੱਲੇ ਤੇਲ ਦਾ ਜਿਹੜਾ ਕਹਿ ਲੋ ਜਿਹੜਾ ਤੇਲ ਹੀ ਬਲ ਗਿਆ 440000 ਦਾ ਹੋਰ ਉਰਾ ਪੂਰਾ ਜਿਹੜੇ ਤੁਹਾਡੇ ਨਾਲ ਰਹਿੰਦੇ ਆ ਲਗਭਗ ਕਹਿੰਦੇ 10000 ਦੇ 50000 ਦੇ ਤਕਰੀਬਨ ਦਾ ਕਹਿੰਦੇ ਨਾਲ ਗਨਮੈਨ ਹੁੰਦੇ ਆ ਉਹਨਾਂ ਦਾ ਖਰਚਾ ਤੁਹਾਡਾ ਪੰਜਾਬ ਨੂੰ ਇੱਕ ਢੇੜਾ ਲਗਭਗ 30 35 ਲੱਖ ਚ ਪੈਂਦਾ ਜੇ ਕਰੋਤੀ 35 ਲੱਖ ਰੁਪਇਆ ਉਹਨਾਂ ਮਜ਼ਦੂਰਾਂ ਦੇ ਘਰੇ ਪਹੁੰਚ ਜਾਂਦਾ ਤੁਸੀਂ ਨਾ ਹੁੰਦੇ ਕਿਸਾਨਾਂ ਨੂੰ ਕਿਸਾਨਾਂ ਦਾ ਹੱਕ ਮਿਲ ਗਿਆ ਔਰ ਜਿਹੜੇ ਲੋਕਾਂ ਨੇ ਹੜੀ ਵੱਢ ਕੇ ਘਰੇ ਦਾਣੇ ਜੋੜਨੇ ਹੁੰਦੇ ਆ ਉਹਨਾਂ ਨੂੰ ਹੱਕ ਮਿਲ ਜਾਂਦਾ ਆ ਮੀਂਹ ਦੇ ਵਿੱਚ ਕਿਸਾਨਾਂ ਦਾ ਨੁਕਸਾਨ ਤਾਂ ਹੋਇਆ ਬਹੁਤ ਜ਼ਿਆਦਾ ਉਹ ਨਾਲੇ ਉਹ ਕੱਲਾ ਕਿਸਾਨ ਦਾ ਨੁਕਸਾਨ ਨਹੀਂਗਾ ਜਦੋਂ ਫਸਲ ਬਰਬਾਦ ਹੁੰਦੀ ਆ ਲੋਕਾਂ ਦਾ ਜ਼ਿਆਦਾ ਨੁਕਸਾਨ ਹੁੰਦਾ ਕਿਸਾਨ ਨੂੰ ਤਾਂ ਫਿਰ ਵੀ ਕੋਈ 10-15000 ਮਿਲ ਜਾਂਦਾ ਪਰ ਲੋਕਾਂ ਨੂੰ ਕੀ ਮਿਲਣਾ ਜੇਕਰ ਕਣਕ ਦੀ ਬਰਬਾਦੀ ਹੋਊਗੀ ਤਾਂ ਕਣਕ ਜਿਹੜੇ ਮੇਰੇ ਅਰਗੇ ਆਮ ਲੋਕਾਂ ਜਾਂ ਜਿਹੜੇ ਸ਼ਹਿਰ ਬਜ਼ਾਰਾਂ ਚ ਰਹਿਣ ਵਾਲੇ ਦੂਜੇ ਕੱਲੇ ਕਿਸਾਨਾਂ ਨੂੰ ਛੱਡ ਕੇ ਤਾਂ ਉਹਨਾਂ ਨੂੰ ਜਿਹੜੀ ਕਣਕ ਆ ਉਹੀ ਰੇਕ ਮਹਿੰਗੇ ਤੇ ਮਿਲ ਜਾਣੀ ਆ ਜੇਕਰ ਨਰਮਾ ਬਰਬਾਦ ਹੋਊਗਾ ਤਾਂ ਸਾਨੂੰ ਜਿਹੜੇ ਕੱਪੜੇ ਆ ਉਹ ਮਹਿੰਗੇ ਮਿਲ ਜਾਣੇ ਆ ਮੈਂ ਫਿਰ ਤੋਂ ਕਹਿ ਰਿਹਾ ਕਿਸਾਨੋ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਮੈਂ ਤੁਹਾਡਾ ਕੋਈ ਵਿਰੋਧ ਨਹੀਂ ਕਰ ਰਿਹਾ ਗੱਲ ਯਾਦ ਰੱਖ ਲੈ ਜੀ ਮੈਂ ਇਹ ਕਹਿ ਰਿਹਾ ਕਿ ਨੁਕਸਾਨ ਮਿਡਲ ਕਲਾਸ ਲੋਕਾਂ ਦਾ ਵੀ ਹੋਇਆ ਕਦੇ ਉਹਨਾਂ ਲਗੌਰ ਕੀਤੀ ਜਾਂਦੇ ਐ ਸਰਕਾਰ ਚਾਹੇ ਕੋਈ ਸਰਕਾਰ ਆ ਉਹ ਕੱਲੇ ਕਿਸਾਨ ਨੂੰ ਵੇਖਦੀ ਆ ਔਰ ਦੂਜੇ ਵਿਅਕਤੀ ਨੂੰ ਨਹੀਂ ਵੇਖਦੀ ਜਿਹੜਾ ਵਿਅਕਤੀ ਜੇਕਰ ਨਰਮੇ ਨੂੰ ਸੁੰਢੀ ਪੈ ਗਈ ਨਰਮੇ ਦਾ ਨੁਕਸਾਨ ਹੋ ਗਿਆ ਉਹਦੇ ਵਿੱਚ ਕੋਈ ਸ਼ੱਕ ਨਹੀਂ ਜਿਹਦਾ ਲੱਖਾਂ ਦਾ ਨਰਮਾ ਵਿਕਣਾ ਸੀ ਉਹਨੂੰ 10000 ਰੁਪਏ ਦੇ ਕੇ ਨੁਕਸਾਨ ਦਾ ਚੁੱਪ ਹੋ ਗਿਆ ਜੇ ਨੁਕਸਾਨ ਜੇ ਕਿਸਾਨ ਦੀ ਫਸਲ ਦਾ ਰੇਟ ਦੇ ਸਕਦਾ ਤੋ ਪਰਮਾਤਮਾ ਹੀ ਮੋਲ ਮੋੜ ਸਕਦਾ ਹੋਰ ਤਾਂ ਕੋਈ ਮੋੜ ਨਹੀਂ ਸਕਦਾ ਪਰ ਜਿਹੜੇ ਮਜ਼ਦੂਰ ਨਰਮਤ ਚੁਗਣ ਵਾਲੇ ਸੀ ਉਹਨਾਂ ਨੂੰ ਕੁਝ ਨਹੀਂ ਮਿਲਿਆ ਜਦੋਂ ਤੁਸੀਂ ਬੱਲੂਆਂ ਨੇ ਆਏ ਆ ਚੈੱਕ ਵੰਡ ਗਏ ਆ ਪਰ ਮਜ਼ਦੂਰ ਉੱਥੇ ਵੇਖਦੇ ਰਹਿ ਇੱਕ ਉਦਾਹਰਨ ਦੇ ਰਿਹਾ ਕਿ ਜਿਹੜਾ ਮੁੱਖ ਮੰਤਰੀ ਹੁੰਦਾ ਉਹ ਪੰਜਾਬ ਦਾ ਸੰਝਾ ਹੁੰਦਾ ਚਾਹੇ ਕੋਈ ਐਸਸੀ ਬੀਸੀ ਜਰਨਲ ਹੋਵੇ ਚਾਹੇ ਹਿੰਦੂ ਮੁਸਲਮ ਸਿੱਖ ਈਸਾਈ ਹੋਵੇ ਪਰ ਆਏ ਵਾਰੀ ਇਹ ਕਹਿ ਕੇ ਕਿ ਮੈਂ ਵੀ ਕਿਸਾਨਾਂ ਦਾ ਪੁੱਤ ਆ ਮੈਨੂੰ ਪਤਾ ਕਿਹੜੇ ਨੁਕਸਾਨ ਕਿੱਥੋਂ ਹੁੰਦੇ ਆ ਪਰ ਮੈਂ ਮਾਨਸਾ ਮੈਂ ਤੁਹਾਨੂੰ ਇਹ ਦੱਸ ਦੇਵਾਂ ਮੈਂ ਵੀ ਮਜ਼ਦੂਰਾਂ ਦਾ ਪੋਤਾ ਤੇ ਮਜ਼ਦੂਰਾਂ ਦੇ ਘਰੋਂ ਸਬੰਧਤ ਆ ਮੈਨੂੰ ਵੀ ਪਤਾ ਵੀ ਕਿਹੜੇ ਨੁਕਸਾਨ ਕਿੱਥੇ ਹੋ ਜਾਂਦੇ ਆ ਮਜ਼ਦੂਰ ਆ ਜਿਹੜਾ 300 ਰੁਪਏ ਦਿਹਾੜੀ ਤੇ ਜਾਂਦਾ 300 ਰੁਪਏ ਵਿੱਚ ਮਸਾ ਖਰਚੇ ਪੂਰੇ ਆਉਂਦੇ ਆ ਔਰ ਜਿਹੜੀ ਸਰਕਾਰ ਆ ਹੀ ਉਹਨੇ ਕਦੇ ਸ਼ਰਾਬ ਬੰਦ ਨਹੀਂ ਕੀਤੀ ਬੜੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਕੁਝ ਲੋਕ ਕਹੇ ਆ ਕਿ 300 ਦੇ ਵਿੱਚੋਂ 150 200 ਦੀ दारू ਪੀ ਜਾਂਦੇ ਆਉਦੇ ਬੱਚਿਆਂ ਨੂੰ ਕੱਖ ਨਹੀਂ ਦਿੰਦੇ ਔਰ ਉਹਦੇ ਘਰ ਵਾਲੀ ਵੀ ਵਿਚਾਰੀ ਕੰਮ ਕਰਦੀ ਆ ਔਰ ਉਹਦੇ ਜਿਹੜੇ ਕੱਲ ਇਹ ਹਮੇਸ਼ਾ ਗੱਲ ਰਹੀ ਆ ਕਿ ਜਿਹੜਾ ਬੰਦਾ ਉਹਨੂੰ ਕਹਿਣਗੇ ਤੈਨੂੰ 300 ਦਿਹਾੜੀ ਦੇਵਾਂਗੇ ਤੇ ਜਿਹੜੀ ਇਹ ਔਰਤਾਂ ਨੂੰ 250 ਦੇਵਾਂਗੇ ਉਹ ਵਿਚਾਰੀ ਬੰਦੇ ਦੇ ਬਰੋਬਰ ਕੰਮ ਕਰਨ ਵਾਲੀ ਉਹਨੂੰ ਵੀ 250 ਦਿੱਤਾ ਜਾਂਦਾ ਪਰ ਮਾਫੀ ਚਾਹੁੰਨਾ ਉਹ ਜਿਹੜੀ ਔਰਤਾਂ ਆਉਹਦੇ ਘਰ ਨੂੰ ਚਲਾਉਂਦੀ ਆ 50% ਮਜ਼ਦੂਰ ਐ ਇਹੋ ਜਿਹਾ ਕਿ ਜਿਹੜੇ ਨਸ਼ਿਆਂ 'ਚ ਲੱਗੇ ਹੋਏ ਔਰ ਉਹਨਾਂ ਦੀਆਂ ਘਰ ਵਾਲੀਆਂ ਘਰ-ਬਾਰ ਦੇਖਦੀਆਂ ਉਹ 2.5 300 ਦੇ ਵਿੱਚ ਨੂਨ ਤਾਂ ਲੈ ਆਉਂਦੇ ਆ ਤੇਲ ਸਰੋਂ ਦਾ ਲੈ ਆਉਂਦੇ ਆ 10 15 ਰੁਪਏ ਦਾ ਮੈਂ ਝੂਠ ਨਹੀਂ ਬੋਲूंगा ਦਿਲ ਇੱਕ ਦਿਨ ਛੱਡ ਕੇ ਉਹ ਕਿਲੋ ਖੰਡ ਲੈ ਆਉਂਦੇ ਆ ਹੋਰ ਬੜੇ ਖਰਚੇ ਹੋ ਜਾਂਦੇ ਆ ਪਰ ਜਿਹੜੇ ਮਜ਼ਦੂਰਾਂ ਦੀਆਂ ਇੱਕ ਬੱਬੂ ਮਾਨ ਦਾ ਗਾਣਾ ਆਇਆ ਸੀ ਮੰਡੀਆਂ 'ਚ ਜੱਟ ਰੋਲਦਾ ਚੁੱਲ੍ਹੇ ਮੋੜੇ ਰੋਲਦੀ ਰਕਾਨ ਪਤਾ ਨਹੀਂ ਇਹੋ ਜਿਹਾ ਗਾਣਾ ਸੀਗਾ ਪਰ ਜਿਹੜਾ ਮਜ਼ਦੂਰ ਆ ਕਦੇ ਉਹਦਾ ਗਾਣਾ ਨਹੀਂ ਕਿਸੇ ਨੇ ਗਾਇਆ ਮੈਂ ਮਜ਼ਦੂਰਾਂ ਦੀ ਗੱਲ ਕਰ ਰਿਹਾ ਕਿਸੇ ਜੱਟ ਮਜਬੀ ਦੀ ਨਹੀਂ ਕਰ ਰਿਹਾ ਯਾਦ ਰੱਖ ਲੋ ਗੱਲ ਹੁਣ ਉਹ ਕੀ ਹੁੰਦਾ ਕਿ ਜਿਹੜੀ ਮਜ਼ਦੂਰ ਦੇ ਘਰ ਵਾਲੀ ਆ ਜਾਂ ਮਜ਼ਦੂਰ ਦੇ ਬੱਚੇ ਆ ਉਹ ਆਪਦੇ ਕੱਪੜਿਆਂ ਨੂੰ ਟੋਪੇ ਲਾਲਾ ਪਾਉਣ ਵਾਲੇ ਆ ਹੁਣ ਇਹਨਾਂ ਗੱਲ ਹੋਵੇ ਕਿ ਕੋਈ ਮਜਬੀ ਸਿੱਖ ਨੌਕਰੀ ਲੱਗਿਆ ਹੋਵੇ ਉਥੋਂ ਦਾ ਕਿਸਾਨ ਕਹੀ ਹੋਵੇ ਮਗਰੀਬ ਤਾਂ ਦੇਖੋ ਜੀ ਧੋਕਰੀਆਂ ਲੱਗਿਆ

ਪਰ ਜਦੋਂ ਕੋਈ ਆਪਾਂ ਗੱਲ ਦੱਸਣੀ ਆ ਗਰੀਬਾਂ ਦੇ ਮੱਲੇ ਗਰੀਬਾਂ ਦੇ ਮੱਲੇ ਤੁਸੀਂ ਐਸਸੀ ਕਾਸਟ ਦੇ ਲੋਕਾਂ ਨੂੰ ਗਰੀਬਾਂ ਦਾ ਮੱਲਾ ਦੱਸਦੇ ਆ ਇਹ ਦੇ ਕਰਕੇ ਆਪਾਂ ਥੱਕੇ ਖਾਨੇ ਇਹ ਮੈਂ ਤੁਹਾਨੂੰ ਗੱਲ ਦੱਸਤੀ ਆ ਮੈਂ ਹੁਣ ਫਿਰ ਤੋਂ ਕਹਿ ਰਿਆਂ ਕਿ ਜਿਹੜਾ ਮਜ਼ਦੂਰ 300 ਰੁਪਏ ਨਾਲ ਗੁਜ਼ਾਰਾ ਕਰਦਾ ਔਰ ਉਹਦੀਆਂ ਕਮਰੇ ਦੀਆਂ ਛੱਤਾਂ ਚੁੰਨਦੀਆਂ ਰਹਿੰਦੀਆਂ ਮੀਂਹਾਂ ਦੇ ਵਿੱਚ ਔਰ ਪਾਣੀ ਖੜ ਜਾਂਦਾ ਘਰਾਂ ਦੇ ਵਿੱਚ ਉਲਟਾ ਜਿਹੜਾ ਕੋਈ ਮਜ਼ਦੂਰ ਸਰਦਾ ਵਰਦਾ ਹੋਵੇ ਜਾਂ ਜਿਹੜਾ ਕੋਈ ਚੰਗੇ ਥਾਂ ਤੇ ਜਿਹਦੇ ਨਾਲ ਰਿਲੇਸ਼ਨ ਹੋਣ ਤੇ ਉਹਨਾਂ ਦਾ ਮਕਾਨ ਚੰਗਾ ਪਾਇਆ ਹੋਵੇ ਉਹ ਟੀਚਰਾਂ ਕਰਕੇ ਲੰਘਦਾ ਇਹ ਆ ਮਜ਼ਦੂਰ ਦੀ ਜ਼ਿੰਦਗੀ ਕਦੇ ਉਹਨਾਂ ਵੱਲ ਵੀ ਧਿਆਨ ਦਿਓ ਕਿ ਮੈਂ ਤੁਹਾਨੂੰ ਫਿਰ ਤੋਂ ਬੇਨਤੀ ਕਰ ਰਿਹਾ ਜਿਹੜੇ ਸ਼ਹਿਰ ਬਜ਼ਾਰਾਂ 'ਚ ਰੇਡੀਆਂ ਲਾਉਂਦੇ ਆ ਉਹਨਾਂ ਦੇ ਘਰਾਂ ਵੱਲ ਵੀ ਧਿਆਨ ਦਿਓ ਕਈ ਰੇਡੀਆਂ ਲਾਉਣ ਵਾਲੇ ਵੀ ਚੰਗੇ ਪੈਸੇਦਾਰ ਆ ਪਰ ਉਹਨਾਂ ਵਿੱਚ ਗਰੀਬ ਬੜੇ ਬੈਠੇ ਆ ਕਈ ਖੜੁਕਿਆਂ ਤੇ ਸਬਜ਼ੀਆਂ ਵੇਚਣ ਵਾਲੇ ਔਰ ਉਹਨਾਂ ਦੇ ਕਦੇ ਮਕਾਨ ਵੇਖੇ ਜਾਣ ਮੈਂ ਫਿਰ ਤੋਂ ਗੱਲ ਕਰ ਰਿਹਾ ਨੁਕਸਾਨ ਸਾਰਿਆਂ ਦੇ ਹੋ ਜਾਂਦੇ ਆ ਪਰ ਉਹ ਗਰੀਬ ਨੂੰ ਵੀ ਨੁਕਸਾਨ ਮਿਲਣਾ ਚਾਹੀਦਾ ਸਾਡੇ ਕਿਸਾਨ ਵੀਰ ਮੈਂ ਫਿਰ ਤੋਂ ਕਹਿ ਰਿਹਾ ਉਹਨਾਂ ਦਾ ਨੁਕਸਾਨ ਆ ਜਿਹੜਾ ਉਹ ਕੋਈ ਨਹੀਂ ਦੇ ਸਕਦਾ ਉਹਨਾਂ ਦੀ ਫਸਲ ਦਾ ਜਿਹੜਾ ਕਹਿ ਲਓ ਜਿਹੜਾ ਫਾਇਦਾ ਉਹ ਸਿਰਫ ਰੱਬ ਦੇ ਸਕਦਾ ਹੋਰ ਕੋਈ ਨਹੀਂ ਦੇ ਸਕਦਾ ਇਹ ਯਾਦ ਰੱਖੋ ਮੈਂ ਫਿਰ ਤੋਂ ਕਹਿ ਰਿਹਾ ਕਿ ਮਜ਼ਦੂਰਾਂ ਦੇ ਜਿਹੜੇ ਮੈਂ ਕਹਿੰਦਾ ਜਿਹੜੇ ਐਸਸੀ ਕਾਸਟ ਦੇ ਐਮਐਲਏ ਬਣੇ ਤੁਹਾਡੀਆਂ ਟਿਕਟਾਂ ਤੇ ਬੰਦੇ ਆ ਚਾਹੇ ਕਿਸੇ ਪਾਰਟੀ ਦੇ ਹੋਣ ਪਰ ਜਿਵੇਂ ਖੜਕਾਓਗੇ ਉਹ ਉਵੇਂ ਵੱਜਨੇ ਆ ਉਹਨਾਂ ਨੇ ਕਦੇ ਹੱਕ ਨਹੀਂ ਮੰਗੇ ਮੈਂ ਅਜੇ ਤੱਕ ਕੋਈ ਗਰੀਬ ਮਹਾਜਨਾ ਵਾਸਤੇ ਕੋਈ ਮਹਾਜਨਾ ਦਾ ਐਮਐਲਏ ਜਾਂ ਕੋਈ ਹਿੰਦੂਆਂ ਦਾ ਐਮਐਲਏ ਹਿੰਦੂਆਂ ਵਾਸਤੇ ਮੈਂ ਕਦੇ ਮੰਗ ਮੰਗਦਾ ਨਹੀਂ ਵੇਖਿਆ ਮੈਂ ਇੱਥੇ ਮਾਫੀ ਚਾਹੁੰਨਾ ਤੁਮ ਕਿ ਜਿਹੜੇ ਇਹ ਮਹਾਜ ਲੋਕ ਆਉਂਦੇ ਆਪ ਨੂੰ ਹਿੰਦੂ ਕਹਿੰਦੇ ਆ ਮੈਂ ਕੋਈ ਹਿੰਦੂ ਮੁਸਲਮ ਸਿੱਖ ਸਾਈ ਦੀ ਗੱਲ ਨਹੀਂ ਕਰ ਰਿਹਾ ਪਰ ਮੈਂ ਇੱਥੇ ਗਰੀਬ ਦੀ ਗੱਲ ਕਰ ਰਿਹਾ ਕਿ ਗਰੀਬ ਵਾਸਤੇ ਤੂੰ ਥੋੜਾ ਜਿਹਾ ਧਿਆਨ ਦੇ ਦੋ ਮੇਰੀ ਇੰਨੀ ਕ ਬੇਨਤੀ ਆ ਕਾਣੀ ਵਣ ਤੁਸੀਂ ਇੱਥੇ ਕਰਕੇ ਕਿ ਮੈਂ ਤੁਹਾਡੀ ਉਹ ਵੀਡੀਓ ਨਹੀਂ ਵੇਖੀ ਪਿੰਡ ਬਕੈਨ ਵਾਲਾ ਅਬੋਰ ਦੇ ਨਾਲ ਲੱਗਦਾ ਇੱਥੋਂ ਮੈਂ ਤਾਂ ਤੁਹਾਨੂੰ ਵੀਡੀਓ ਪਾ ਕੇ ਵੀ ਕਿਹਾ ਸੀ ਕਿ ਬਕੈਨ ਵਾਲੇ ਨਾ ਹੋ ਜੇ ਤੁਹਾਡਾ 30 ਤੋਂ 35 ਲੱਖ ਖਰਚਾ ਹੋ ਜਾਣਾ ਉਹ ਚੁੱਪ ਕਰਕੇ ਬਕੈਨ ਵਾਲਿਆਂ ਦਾ ਤੁਸੀਂ ਮੁੱਲ ਉਤਾਰ ਦੋ ਪਰ ਜੇਕਰ ਤੁਸੀਂ ਮੁਕਸਰ ਆਏ ਮਲੋਟ ਆਏ ਤਾਂ ਮਲੋਟੋ ਤੁਹਾਨੂੰ ਬਕੈਨ ਵਾਲਾ ਹੱਦੋਂ ਵੱਧ 50 ਕਿਲੋਮੀਟਰ ਪੈਣਾ ਸੀਗਾ ਤੁਸੀਂ ਉੱਥੇ ਨਹੀਂ ਗਏ ਉੱਥੇ ਵੀ ਜਾਵੜਦੇ ਫਿਰ ਉੱਥੇ ਵੀ ਵੇਖ ਆਉਂਦੇ ਉਹਨਾਂ ਨੂੰ ਵੀ ਕੋਈ ਨੁਕਸਾਨ ਦੇਖ ਲੈਣਗੇ ਇਹ ਵੱਡੇ ਵੀਰ ਮੈਂ ਬੇਨਤੀ ਕਰਨੀ ਚਾਹੁੰਨਾ ਕਿ ਪੰਜਾਬ ਦਾ ਮੁੱਖ ਮੰਤਰੀ ਜਿਵੇਂ ਇੱਕ ਘਰ ਦਾ ਮੁਖੀ ਹੁੰਦਾ ਉਹਨੇ ਸਾਰਿਆਂ ਦੀਆਂ ਜ਼ਰੂਰਤਾਂ ਵੇਖਣੀਆਂ ਹੁੰਦੀਆਂ ਤੇ ਸਾਰਿਆਂ ਦੀਆਂ ਜ਼ਰੂਰਤਾਂ ਵੱਲ ਧਿਆਨ ਦਿਓ ਮੈਂ ਇਹ ਨਹੀਂ ਕਹਿੰਦਾ ਕਿ ਕਣਕ ਦਾ ਨੁਕਸਾਨ ਹੋਇਆ ਸੀਗਾ ਤੁਸੀਂ ਮਜ਼ਦੂਰਾਂ ਨੂੰ 15-15000 ਦਿਓ ਨਹੀਂ ਜਿਹੜੇ ਲੋਕ ਮਜ਼ਦੂਰ ਆ ਕਈ ਇਹੋ ਜਿਹੇ ਹੁੰਦੇ ਆ ਕਿਉਂ ਉਹਦਾ ਖੇਤੀਬਾੜੀ ਦਾ ਕੰਮ ਨਹੀਂ ਕਰਦੇ ਜਿਹੜੇ ਮਸ਼ਹੂਰ ਕੰਮ ਕਰਨ ਵਾਲੇ ਆ ਗਰੀਬ ਘਰਾਂ ਦੇ ਵਿੱਚੋਂ ਜਿਹੜੇ ਮਜ਼ਦੂਰ ਖੇਤੀਬਾੜੀ ਦੇ ਨਾਲ ਸੰਬੰਧਿਤ ਕੰਮ ਕਰਦੇ ਆ ਉਹਨਾਂ ਨੂੰ ਤੁਸੀਂ ਜਿੱਥੇ ਉਹਨਾਂ ਨੂੰ 15-15 ਕਿਆ ਉਹਨਾਂ ਨੂੰ ਤੁਸੀਂ ਘਰ ਨੂੰ 5-5 ਦੇ ਜਾਂਦੇ ਤਾਂ ਬਹੁਤ ਸੀ ਤੁਸੀਂ ਏਕੜ ਦਾ 5 ਕਿਆ ਮੈਂ ਤੁਹਾਨੂੰ ਸਿਰਫ ਤੁਸੀਂ ਏਕੜ ਦਾ 15000 ਕਿਆ ਮੈਂ ਸਿਰਫ ਤੁਹਾਨੂੰ ਇਹ ਕਹਿਣਾ ਕਿ ਘਰ ਦੇ ਜੀ ਨੂੰ ਤੁਸੀਂ 25-2500 ਰੁਪਇਆ ਦੇ ਜਾਂਦੇ ਤਾਂ ਉਹਦੇ ਨਾਲ ਕੰਮ ਕੀ ਹੋਣਾ ਸੀ ਉਹਨਾਂ ਨੇ ਆਪ ਦਾ ਆਪ ਦਾ ਘਰ-ਬਾਰ ਵੇਖ ਲੈਣਾ ਸੀ ਜਦੋਂ ਕਿਸੇ ਕਿਸਾਨ ਦਾ ਨੁਕਸਾਨ ਹੁੰਦਾ ਉਹਦਾ ਤਾਂ ਬੜਾ ਘੱਟ ਨੁਕਸਾਨ ਹੁੰਦਾ ਉਸ ਗਰੀਬ ਦਾ ਬੜਾ ਨੁਕਸਾਨ ਹੁੰਦਾ ਜਿਹੜਾ ਕਹਿੰਦਾ ਆਪਾਂ ਇੱਕਤੀ ਸੀਜ਼ਨ ਲਾ ਕੇ ਕਮਰੇ ਪਾਲਾਂਗੇ ਇੱਕਤੀ ਸੀਜ਼ਨ ਲਾ ਕੇ ਆਪਾਂ ਬੱਚੇ ਦਾ ਵਿਆਹ ਕਰ ਦਾਂਗੇ ਇੱਕਤੀ ਸੀਜ਼ਨ ਲਾ ਕੇ ਆਪਾਂ ਉਹ ਕਰ ਦਾਂਗੇ ਮੈਂ ਫਿਰ ਤੋਂ ਕਹਿ ਰਿਹਾ ਕਿਸਾਨ ਦਾ ਨੁਕਸਾਨ ਬਹੁਤ ਘੱਟ ਹੁੰਦਾ ਕਿਸਾਨ ਦਾ ਪਰ ਮਜ਼ਦੂਰ ਦਾ ਬਹੁਤ ਜ਼ਿਆਦਾ ਹੁੰਦਾ ਮੇਰੀ ਮੇਰੀ ਇੰਨੀ ਕੁ ਬੇਨਤੀ ਆ ਕਿ ਮੈਂ ਕਦੇ ਇਹ ਗੱਲ ਨਹੀਂ ਕਹੀ ਪਰ ਮੈਂ ਅੱਜ ਤੁਹਾਨੂੰ ਕਹਿਣ ਲੱਗਿਆ ਜਿਹੜੇ ਗਰੀਬ ਲੋਕ ਆ ਮੈਂ ਉਹਨਾਂ ਦੀ ਗੱਲ ਕੀਤੀ ਆ ਕਿਸੇ ਜਾਤ ਦੀ ਗੱਲ ਨਹੀਂ ਕੀਤੀ ਇਹ ਰਿਐਲਿਟੀ ਗੱਲ ਆ ਸਚਾਈ ਆ ਕਿ ਜਿਹੜਾ ਮਜ਼ਦੂਰ ਆ ਕਦੇ ਉਹਦੇ ਘਰ ਜਾ ਕੇ ਵੇਖੋ ਜੇ ਉਹ ਤਾਂ ਦਿਲ ਦਾ ਸਾਫ਼ ਸੁਥਰਾ ਜਿਹਾ ਹੀ ਹੁੰਦਾ ਉਹਨੂੰ ਪਤਾ ਨਹੀਂ ਕੀ ਬੋਲਣਾ ਕੀ ਨਹੀਂ ਬੋਲਣਾ ਪਰ ਉਹਦੇ ਕਦੇ ਘਰ ਚੈੱਕ ਕਰ ਜੇ ਮੀਆਂ ਦੇ ਵਿੱਚ ਛੱਤਾਂ ਚੁੰਦੀਆਂ ਜਿਹੜਾ ਗਰੀਬ ਬੰਦਾ ਨਾ ਤਾਂ ਉਹਦਾ ਰੱਬ ਬਣੇ ਨਾ ਉਹਦੀ ਸਰਕਾਰ ਬਣੇ ਤੇ ਨਾ ਉਹਦਾ ਮੌਸਮ ਬਣੇ ਜਿਹੜੀ ਸਰਕਾਰ ਆ ਉਹ ਵੀ ਅਮੀਰ ਦੇ ਘਰ ਵੜ ਜਾਂਦੀ ਤੇ ਜਿਹੜਾ ਰੱਬ ਆ ਉਹ ਜਦੋਂ ਮੀਂਹ ਕੜੀ ਆਉਂਦਾ ਜਿਹੜਾ ਵਿਅਕਤੀ ਆ ਮੈਂ ਗੱਲ ਕਰਨੀ ਚਾਹੁੰਦਾ ਜਿਵੇਂ ਬਾਨੀ ਹੁਣ ਹੁਣ ਤੇ ਬਾਨੀ ਕਹਿਣ ਅਰੇ ਬੇਟਾ ਅੱਜ ਤੋਂ ਦਿਨ ਬੜਾ ਅੱਛਾ ਹੈ ਬਾਰਿਸ਼ ਪੈ ਰਹੀ ਹੈ ਥੋੜਾ ਸਾ ਮੌਸਮ ਦੇਖੋ ਕਿਹੋ ਜਿਹਾ ਮੌਸਮ ਚੱਲ ਰਿਹਾ ਹੈ ਤੇ ਜਿਹੜਾ ਕੋਈ ਗਰੀਬੰਦਾ ਉਹ ਕਹਿੰਗੇ ਹੇ ਸੱਚੇ ਪਾਤਸ਼ਾਹ ਮੀਂਹ ਰੋਕਲਾ ਮੀਂਹ ਰੋਕਲਾ ਪ੍ਰਮਾਤਮਾ ਮੇਰੀ ਛੱਤ ਚੋਈ ਜਾਂਦੀ ਆ ਤੇ ਜਦੋਂ ਕਦੇ ਉਹਦੇ ਘਰ ਰਿਸ਼ਤੇਦਾਰ ਆਇਆ ਹੋਵੇ ਉਦੋਂ ਦਾ ਜਲੂਸ ਨਿਕਲ ਜਾਂਦਾ ਕਦੇ ਉਹਨਾਂ ਨਾਲ ਧਿਆਨ ਦੇ ਦੋ ਯਾਰ ਬੇਨਤੀ ਇੰਨੀ ਕੁ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ